ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਰ ਵਾਰੀ ਇੱਕ ਨਵੇਂ ਸਕਸੈਸ ਸਟੋਰੀ ਦੇ ਨਾਲ ਹਾਜ਼ਰ ਹੁੰਦੇ ਹਾਂ ਅਤੇ ਅੱਜ ਕੁਝ ਖਾਸ ਲੈ ਕੇ ਆਏ ਜੀ ਰਿਲੇਟਡ ਕੈਨੇਡਾ ਵੀਜ਼ਾ ਦੇ ਰਿਗਾਰਡਿੰਗ ਹੈ। ਸੋ ਅੱਜ ਸਾਡੇ ਨਾਲ ਸਟੂਡੈਂਟ ਨੇ ਅੰਮ੍ਰਿਤਪਾਲ ਸਿੰਘ ਜੋ ਕਿ ਅੰਮ੍ਰਿਤਸਰ ਤੋਂ ਬਿਲੋਂਗ ਕਰਦੇ ਨੇ ਅਤੇ ਅੱਜ ਵੀਜ਼ਾ ਗ੍ਰਾਂਟ ਹੋਇਆ ਜੀ ਕੈਨੇਡਾ ਦਾ ਸਕਿੱਲਡ ਵੀਜ਼ਾ। ਸੋ ਸਟੋਰੀ ਸਕਸੈਸ ਜਿਹੜੀ ਹੈਗੀ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਤੇ ਇਹਦੇ ਬਾਰੇ ਜਿਹੜੀ ਡਿਟੇਲ ਤੁਹਾਡੇ ਨਾਲ ਡਿਸਕਸ ਕਰਾਂਗੇ। ਸੋ ਪਹਿਲੀ ਗੱਲ ਤਾਂ ਕੰਗਰੈਚੁਲੇਸ਼ਨ ਜੀ, ਤੁਹਾਡਾ ਸਕਿੱਲਡ ਵੀਜ਼ਾ ਗ੍ਰਾਂਟ ਹੋਇਆ। ਸੋ ਅੰਮ੍ਰਿਤਪਾਲ ਪਹਿਲਾਂ ਮੈਨੂੰ ਇਹ ਦੱਸੋ ਕਿ ਓਮ ਗਲੋਬਲ ਬਾਰੇ ਤੁਹਾਨੂੰ ਕਿੱਦਾਂ ਪਤਾ ਲੱਗਾ? ਸਰ ਮੈਂ ਯੂਟਿਊਬ 'ਤੇ ਵੀਡੀਓਸ ਦੇਖੀਆਂ ਸੀ, ਇੰਸਟਾਗ੍ਰਾਮ 'ਤੇ ਤੁਹਾਡੀਆਂ ਰੀਲਸ ਦੇਖੀਆਂ ਸੀ, ਉੱਥੋਂ ਫਿਰ ਮੈਂ ਇੰਸਪਾਇਰ ਹੋ ਕੇ ਤੁਹਾਡੇ ਕੋਲ ਵਿਜ਼ਿਟ ਕੀਤਾ ਇੱਕ ਵਾਰੀ। ਸੋ ਕੀ ਤੁਹਾਡੀ ਪ੍ਰੋਫਾਈਲ ਹੈਗੀ ਆ? ਸਰ ਮੈਂ 2021 ਪਾਸ ਆਊਟ ਹਾਂ, ਮੇਰੇ ਓਵਰਆਲ 6 ਬੈਂਡ ਨੇ, ਨੋਟ ਲੈਸ ਦੈਨ 5.5। ਠੀਕ ਹੈ, ਤੁਸੀਂ ਪਹਿਲਾਂ ਵੀ ਫਾਈਲ ਲਾਈ ਸੀਗੀ ਆਸਟ੍ਰੇਲੀਆ ਤੋਂ ਰਿਜੈਕਟ ਹੋਏ ਸੀਗੇ, ਰਾਈਟ? ਹਾਂਜੀ ਹਾਂਜੀ। ਹਾਂ, ਸੋ 21 ਪਾਸ ਆਊਟ ਸੀਗੇ, 2 'ਚ 5.5 ਸੀਗੇ ਅਤੇ ਆਸਟ੍ਰੇਲੀਆ ਤੋਂ ਫਾਈਲ ਰਿਜੈਕਟ ਕਰਾ ਲਈ ਸੀਗੀ। ਆਈ ਗੈਸ ਤੁਸੀਂ ਮੇਰੇ ਕੋਲ ਸਟੂਡੈਂਟ ਵੀਜ਼ਾ ਲਈ ਆਏ ਸੀ। ਹਾਂਜੀ ਸਰ। ਸੋ ਦੈਨ ਅੱਗੇ ਕੀ ਜਰਨੀ ਰਹੀ ਤੁਹਾਡੀ ਜਦੋਂ ਤੁਸੀਂ ਮਿਲ ਕੇ ਗਏ ਅਤੇ ਅੱਜ ਤੁਹਾਡੇ ਹੱਥ 'ਚ ਵੀਜ਼ਾ ਹੈ? ਉਸ ਤੋਂ ਬਾਅਦ ਸਰ ਨੇ ਮੈਨੂੰ ਰਿਕਮੈਂਡ ਕੀਤਾ ਵੀ ਕੈਨੇਡਾ ਦਾ ਸਟੱਡੀ ਵੀਜ਼ਾ ਦੇ ਚਾਂਸਿਸ ਬਹੁਤ ਘੱਟ ਨੇ, ਤੂੰ ਕੈਨੇਡਾ ਦਾ ਸਕਿੱਲਡ ਪਰਮਿਟ ਅਪਲਾਈ ਕਰ ਲੈ, ਉਹਦੇ ਵਿੱਚ ਚਾਂਸਿਸ ਹੈਗੇ ਨੇ। ਤਾਂ ਸਰ ਨੇ ਮੇਰਾ ਅਪਲਾਈ ਕੀਤਾ ਤਾਂ ਅੱਜ ਮੈਨੂੰ ਵੀਜ਼ਾ ਹਾਸਿਲ ਹੋ ਗਿਆ। ਸੋ ਉਹ ਆਸਟ੍ਰੇਲੀਆ ਦੀ ਰਿਫਿਊਜ਼ਲ ਤੋਂ ਬਾਅਦ ਅੱਜ ਕੈਨੇਡਾ ਦਾ ਸਕਿੱਲਡ ਵੀਜ਼ਾ ਤੁਹਾਡੇ ਹੱਥ ਦੇ ਵਿੱਚ ਹੈ। ਸੋ ਕਿੰਨੀ ਕੁ ਖੁਸ਼ੀ ਹੈ ਤੁਹਾਡੇ 'ਚ ਅਤੇ ਕਿੰਨੀ ਕੁ ਖੁਸ਼ੀ ਹੈ ਪਰਿਵਾਰਕ ਮੈਂਬਰਾਂ ਦੇ ਵਿੱਚ ਆ ਵੀਜ਼ਾ ਹਾਸਿਲ ਕਰਨ ਤੋਂ ਬਾਅਦ? ਸਰ ਬਹੁਤ ਖੁਸ਼ੀ ਹੈ, 2-3 ਸਾਲ ਹੋ ਗਏ ਸੀ ਇਸ ਤਰ੍ਹਾਂ ਹੀ, ਕਦੀ ਕਿਸੇ ਤੋਂ ਚੱਲ ਜਾ ਕਿਸੇ ਕਿਸੇ ਤੋਂ, ਤਾਂ ਅੱਜ ਤੁਹਾਡੀ ਟੀਮ ਨੇ ਵੀ। ਸੋ ਪੇਮੈਂਟ ਤੁਸੀਂ ਪਹਿਲਾਂ ਕੀਤੀ ਹੈ ਜਾਂ ਵੀਜ਼ਾ ਲੱਗਣ ਤੋਂ ਬਾਅਦ ਕੀਤੀ ਹੈ? ਵੀਜ਼ਾ ਲੱਗਣ ਤੋਂ ਬਾਅਦ, ਰਾਈਟ। ਸੋ ਜਿਹੜੇ ਵੀ ਐਪਲੀਕੈਂਟ ਐਸੇ ਹੈਗੇ ਕਿ ਕੈਨੇਡਾ ਸਕਿੱਲਡ ਵੀਜ਼ਾ ਹਾਸਿਲ ਕਰਨਾ ਚਾਹੁੰਦੇ ਆ, ਚਾਹੇ ਉਹ ਸਿੰਗਲ ਹੈ ਜਾਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ, ਸਪਾਊਸ ਨਾਲ ਜਾਂ ਕਿਡ ਦੇ ਨਾਲ ਜਾਣਾ ਚਾਹੁੰਦੇ ਆ, ਸੋ ਤੁਸੀਂ ਵੀ ਅੰਮ੍ਰਿਤਪਾਲ ਵਾਂਗ ਆਪਣਾ ਕੈਨੇਡਾ ਦਾ ਸਕਿੱਲਡ ਵੀਜ਼ਾ ਹਾਸਲ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਮਾਂ ਟੀਮ ਨੂੰ ਮਿਲ ਸਕਦੇ ਹੋ, ਆਫਿਸਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਜਾਂ ਕਾਲ ਕਰ ਸਕਦੇ ਹੋ ਸਾਡੇ ਹੈਲਪਲਾਈਨ ਨੰਬਰ ਦੇ ਉੱਤੇ 9161-9160। ਧੰਨਵਾਦ।